ਸ਼ੁਤਰਾਣਾ ਦੇ ਨੇੜਿਓਂ ਲੰਘਦੇ ਐਕਸਪ੍ਰੈਸ ਵੇ ਨੂੰ ਪਿਲਰਾਂ ਤੇ ਬਣਾਉਣ ਦੀ ਮੰਗ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਵੱਲੋਂ ਰੋਡ ਦੇ ਕੰਮ ਨੂੰ ਬੰਦ ਕਰਕੰ ਧਰਨਾ ਲਗਾਇਆ ਗਿਆ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਰੋਡ ਦੇ ਬਣਨ ਨਾਲ ਕਿਸਾਨਾਂ ਦਾ ਆਏ ਹੜ੍ਹਾਂ ਕਾਰਨ ਪਾਣੀ ਦੀ ਡਾਫ ਲੱਗਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਬਚਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਸੜਕ ਨੂੰ ਪਿੱਲਰਾਂ ਤੇ ਬਣਾਉਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਗਿਆ ਸੀ। ਸੜਕ ਪਿੱਲਰਾਂ ਤੇ ਬਣਾਏ ਜਾਣ ਦੇ ਦਿੱਤੇ ਵਿਸ਼ਵਾਸ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ। ਬਹੁਤ ਗੰਭੀਰ ਮਸਲਾ ਸੀਗਾ ਜੀ, ਜਿਹੜਾ ਕਿਸਾਨਾਂ ਨੇ ਜਦੋਂ ਪਿਛਲੇ ਪਾਣੀ ਆਏ ਸੀਗੇ, ਬਹੁਤ ਵੱਡਾ ਹੜ੍ਹ ਆਇਆ ਸੀਗਾ ਤਾਂ ਸਾਰਾ ਕੁਛ ਤਹਿਸ਼ ਨਹਿਸ਼ ਕਰਕੇ ਚਲੇ ਗਿਆ ਸੀਗਾ। ਸਾਨੂੰ ਇੱਕ ਕੁਦਰਤ ਨੇ ਉਦੋਂ ਸੰਕੇਤ ਦਿੱਤਾ ਸੀਗਾ ਕਿ ਮੇਰਾ ਰਸਤਾ ਇਹ ਹੈ, ਤਾਂ ਉਸੇ ਚੀਜ਼ ਨੂੰ ਲੈ ਕੇ ਜਿਹੜਾ NH ਹਾਈਵੇ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਕਵਾਇਰ ਕਰਕੇ ਜਿਹੜਾ ਰੋਡ ਬਣ ਰਿਹਾ ਸੀਗਾ, ਤਾਂ ਇਹ ਰੋਡ ਸਾਡੇ ਵਾਸਤੇ ਬਹੁਤ ਵੱਡੀ ਮੁਸੀਬਤ ਖੜੀ ਕਰਦਾ ਸੀਗਾ। ਸੋ ਅੱਜ ਕਿਸਾਨਾਂ ਦੀ ਜਿਹੜੀ ਉਹ ਜਿੱਤ ਹੋਈ ਹੈ, ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਆਇਆ ਕਿ ਤਕਰੀਬਨ 1.25 ਕਿਲੋਮੀਟਰ ਦੀ ਚੜ੍ਹਾਈ ਦੇ ਵਿੱਚ ਜਿਹੜਾ ਉਹ ਪੁਲ ਬਣੇਗਾ, ਲੰਬਾਈ 'ਚ ਪੁਲ ਬਣੇਗਾ। ਜਿਹੜਾ ਪਾਣੀ ਹੈ ਜਿੰਨਾ ਆਇਆ, ਅਗਰ ਉਸ ਦੇ ਨਾਲੋਂ 3 ਗੁਣਾ ਵੱਧ ਵੀ ਪਾਣੀ ਆਉਂਦਾ, ਤਾਂ ਜਿਹੜਾ ਉਹ ਪੁਲੀਆਂ ਸਹਾਰਦੀਆਂ ਨੇ, ਉਹ ਜਿਹੜਾ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਏਗਾ। ਤਾਂ ਉਹ ਜਿਹੜਾ ਰੋਡ ਮੈਪ ਤਿਆਰ ਕਰਕੇ ਦਿੱਤਾ, ਅੱਜ ਉਸੇ ਮੁਤਾਬਕ ਜਿਹੜੇ ਵੀ ਸਾਰੇ ਕਿਸਾਨ ਭਰਾ ਇੱਥੇ ਇਕੱਠੇ ਹੋਏ ਸੀਗੇ, ਅੱਜ ਬੈਠ ਕੇ ਇਹਨਾਂ ਨਾਲ ਮਿਲ ਕੇ ਗੱਲਬਾਤ ਕਰਕੇ ਸਾਰਾ ਇਹਨਾਂ ਦੇ ਧਿਆਨ ਦੇ ਵਿੱਚ ਲਿਆ ਕੇ ਕਿ ਮਸਲਾ ਜਿਹੜਾ ਉਹ ਇਸ ਤਰੀਕੇ ਦੇ ਨਾਲ ਆਪਣਾ ਹੱਲ ਹੋਇਆ, ਤਾਂ ਅੱਜ ਅਸੀਂ ਜਿਹੜਾ ਉਹ ਧਰਨਾ ਚੁਕਾਇਆ ਜੀ। ਸੋ ਮੈਂ ਮੁਬਾਰਕਬਾਦ ਨਾਲ ਵਧਾਈਆਂ ਦਿੰਦਾ ਇਹਨਾਂ ਨੂੰ ਕਿ ਜਿਨ੍ਹਾਂ ਨੇ ਸੈਂਟਰ ਦੇ ਖਿਲਾਫ਼ ਲੜਾਈ ਲੜੀ ਔਰ ਅੱਜ ਜਿਹੜਾ ਉਹ ਜਿੱਤ ਹਾਸਲ ਕੀਤੀ। ਵੀ ਇਹ 4 ਮਹੀਨੇ ਦੇ ਸਖ਼ਤ ਜਿਹੜਾ ਸੰਘਰਸ਼ ਹੈ ਕਿਸਾਨਾਂ ਦਾ, ਉਹਦੀ ਇਹ ਜਿੱਤ। ਅੱਜ ਅਸੀਂ ਅਧਿਕਾਰੀਆਂ ਦੇ ਜੋ ਉਹਨਾਂ ਵਿਸ਼ਵਾਸ ਦਵਾਇਆ, ਜੋ ਉਹਨਾਂ ਨੇ ਰੋਡ ਮੈਪ ਦਿੱਤਾ, ਸਾਰਾ ਕੁਛ ਉਹਦੇ ਨਾਲ ਸਾਰੇ ਕਿਸਾਨਾਂ ਨੇ ਸਹਿਮਤੀ ਪ੍ਰਗਟ ਕਰਦੇ ਹੋਏ ਅਸੀਂ ਇਸ ਧਰਨੇ ਨੂੰ ਮੁਲਤਵੀ ਕਰਦੇ, ਕਿਉਂਕਿ ਸਾਨੂੰ ਚੌਕਸ ਰਹਿਣ ਦੀ ਵੈਸੇ ਹੀ ਆਦਤ ਹੁੰਦੀ ਹੈ ਜਥੇਬੰਦੀ ਵਾਲਿਆਂ ਨੂੰ, ਬਈ ਕਿਉਂਕਿ ਇਹਦੇ ਮੁਤਾਬਕ ਇਹ ਠੀਕ ਠਾਕ ਚੱਲੇ, ਇਸ ਕਰਕੇ ਇਹਨੂੰ ਅਸੀਂ ਮੁਲਤਵੀ ਨਾਂ ਦੇ ਰਹੇ ਹਾਂ, ਵੀ ਤਾਂ ਕਿ ਕੱਲ੍ਹ ਨੂੰ ਕਿਸੇ ਤਰ੍ਹਾਂ ਦੀ ਗੱਲ ਹੋਵੇ ਜਿਹੜੀ ਕਿਸਾਨੀ ਉਹ ਚੌਕਸ ਰਹੇ। ਉਂਝ ਇਹਦੇ ਨਾਲ ਸਾਡੀ ਪੂਰੀ ਸਹਿਮਤੀ, ਜੋ ਵੀ ਸਾਰਾ ਡਿਜ਼ਾਈਨ ਥਾ ਰੀਡਿਜ਼ਾਈਨ ਕਰਾਇਆ IIT ਰੁੜਕੀ ਸੇ ਵੇਰੀ ਪੂਰਾ, ਔਰ ਸਟੇਟ ਗਵਰਨਮੈਂਟ ਕੇ ਸਾਥ ਮਿਲ ਕੇ, ਆਪਣੇ ਪੰਜਾਬ ਗਵਰਨਮੈਂਟ ਕੇ ਵੀ ਰਿਪ੍ਰੈਜੈਂਟੇਟਿਵਸ ਨੇ, ਐਕਸ਼ਨ ਸਾਹਿਬ ਨੇ, SC ਸਾਹਿਬ ਨੇ, ਡਰੇਨੇਜ ਡਿਪਾਰਟਮੈਂਟ ਕੇ, ਪੂਰੀ ਉਨਕੇ ਨੌਲੇਜ ਮੇ ਰੱਖ ਕੇ ਉਨਕੇ ਉਨਸੇ ਸਾਰਾ ਡਾਟਾ ਲੈ ਕੇ IIT ਰੁੜਕੀ ਨੇ ਪ੍ਰੋਪਰ ਵਿਜ਼ਿਟ ਕੀਆ। ਉਸਕੇ ਬਾਅਦ ਪੂਰਾ ਸਰਵੇ ਕਰਨੇ ਕੇ ਬਾਅਦ ਜਿਤਨਾ ਵੀ ਜੋ ਡਿਜ਼ਾਈਨ ਥਾ ਸਟਾਰਟ ਇਨੀਸ਼ੀਅਲ ਜੋ ਡਿਜ਼ਾਈਨ ਥਾ ਉਸਕੋ ਲੈ ਕੇ ਫਿਰ ਰਿਵਾਈਜ਼ ਕਰਕੇ 3 ਸੇ 4 ਗੁਣਾ ਉਸਕੋ ਬੜਾ ਦਿਆ ਗਿਆ। ਜਿਤਨੀ ਓਪਨਿੰਗਸ ਹੈ ਉਹ ਸਭ 3 ਤੋਂ 4 ਟਾਈਮਸ ਬੜਾ ਦੀ ਗਈਆਂ। ਜਿਤਨਾ ਜੋ ਪਾਣੀ ਪਹਿਲੇ ਆਇਆ ਥਾ ਉਸਸੇ ਵੀ ਕਾਫੀ ਪਾਣੀ ਅਗਰ ਦੁਬਾਰਾ ਔਰ ਵੀ ਆਤਾ ਹੈ ਤੋ ਸਾਰਾ ਪਾਣੀ ਇਸ ਇਨ ਓਪਨਿੰਗ ਸੇ ਈਜ਼ੀਲੀ ਫਲੋ ਕਰਕੇ ਉਹ ਆਊਟਲੈਟ ਹੋ ਜਾਏਗਾ। ਲੰਬਾਈ ਕਿੰਨੀ ਹੈ? ਉਹ ਟੋਟਲ ਜੋ ਹੈ 1200 ਮੀਟਰ ਹੈ, ਉਹ ਉਸਕੀ ਜੋ ਓਪਨਿੰਗਸ ਹੈ ਉਹ ਟੋਟਲ ਓਪਨਿੰਗਸ ਹੈ ਉਹ 1200 ਮੀਟਰ। ਕਿੰਨੇ ਗੱਗਰ ਕੇ ਪਰਲੀ ਸਾਈਡ ਹੈ ਤੇ ਕਿੰਨੇ ਸ਼ਤਰਾਣਾ? ਉਹ ਐਗਜ਼ੈਕਟਲੀ ਬਾਈਫਰਕੇਸ਼ਨ ਉਹ ਡਿਟੇਲਸ ਹਮਨੇ DC ਸਾਹਿਬ ਕੋ SDM ਸਾਹਿਬ ਕੋ ਦੇ ਦੀ ਹੈ, ਉਹ ਇਨ ਪ੍ਰੋਸੈਸ ਹੈ। ਕੁਛ ਜੈਸੇ ਜੋ ਜੋ ਅਗਰ ਕੁਛ ਚੇਂਜਸ ਵੀ ਹੋਤੇ ਹੈ ਤੋ ਉਸਕੋ ਦੇਖਣਾ ਹੈ, ਬਾਕੀ ਡਿਟੇਲਸ ਹਮਨੇ ਅਭੀ ਸਬਮਿਟ ਕਰ ਦੀ ਹੈ। ਕੁਛ ਪੋਰਸ਼ਨ ਉਸ ਸਾਈਡ ਮੇਂ, ਮੇਜਰ ਪੋਰਸ਼ਨ ਜੋ ਹੈ ਵੋ ਗੱਗਰ ਸੇ ਸਾਈਡ ਅਭੀ ਹਮਾਰੇ ਨੌਲੇਜ ਮੇਂ ਆਇਆ ਹੈ। SDM ਸਾਹਿਬ ਨੇ ਔਰ DC ਸਾਹਿਬ ਨੇ ਕੱਲ ਵੀ MLA ਸਾਹਿਬ ਨੇ ਅਭੀ ਨੌਲੇਜ ਮੇਂ ਰਖਾਇਆ, ਬਾਕੀ ਅਭੀ ਜੋ ਡਿਜ਼ਾਈਨ ਥਾ ਵੋ ਪ੍ਰੋਪਰ ਪੂਰੇ ਟ੍ਰੈਫਿਕ ਜਿਤਨਾ ਟ੍ਰੈਫਿਕ ਸਟੱਡੀ ਕੋ ਕਰਨੇ ਕੇ ਬਾਅਦ ਹੀ ਇਹ ਡਿਜ਼ਾਈਨ ਕੀਏ ਗਏ ਹੈ। ਬਾਕੀ ਅਗਰ ਐਸਾ ਕੁਛ ਹੋਤਾ ਹੈ ਤੋ ਉਨਕੋ ਅਭੀ ਇੱਕ ਵਾਰ ਦੁਬਾਰਾ ਦੇਖ ਲਿਆ ਜਾਏਗਾ ਕਿ ਕਿਆ ਹੈ, ਤੋ ਉਸਕੇ ਬਾਅਦ ਉਸਕੋ ਕੰਸਿਡਰੇਸ਼ਨ ਰੱਖ। ਕਨਿਸ਼ਕ ਡਾਂਗੀ, SC NHAI PIU ਭਿਵਾਨੀ। ਇਸਮੇ ਫੈਸਲਾ ਇਹ ਲਿਆ ਥਾ ਕਿ ਅਭੀ ਜੋ ਹਮਾਰੇ ਵਾਟਰਵੇਸ ਥੇ, ਪਹਿਲੇ ਪਾਣੀ ਕੋ ਜਿਤਨਾ ਕਹਿਣੇ ਕਾ ਭਾਵ ਇਹ ਕਿ ਪਹਿਲੇ ਪਾਣੀ ਕੋ ਜਿਤਨਾ ਰਾਹ ਦਿਆ ਜਾ ਰਹਾ ਥਾ ਵੋ 300 ਮੀਟਰਸ ਕੇ ਕਰੀਬ ਥਾ। ਅਬ ਉਸਕੋ ਹਮਨੇ IIT ਰੁੜਕੀ ਸੇ ਰਿਕਮੈਂਡੇਸ਼ਨ ਲੈ ਕੇ ਉੱਪਰ ਭੇਜ ਕੇ ਹਮਨੇ ਉਸਕੋ ਤਕਰੀਬਨ 1200 ਮੀਟਰ ਕਰ ਦਿਆ ਹੈ। ਬੇਸਿਕਲੀ ਉਹਨੇ ਪਾਣੀ ਕੇ ਨਿਕਲਨੇ ਕਾ ਰਾਹ 4 ਗੁਣਾ ਕਰ ਦਿਆ, ਜਿਸਸੇ ਕਿ ਹਮਾਰੀ ਕਾਫੀ ਹੱਦ ਤੱਕ ਇਹ ਪ੍ਰੋਬਲਮ ਸੋਲਵ ਹੋ ਜਾਤੀ ਹੈ। ਸਰ, ਇਹ ਜੋ 2 ਪੁਲੋਂ ਕਾ ਇਸ਼ੂ ਉਠਾਇਆ ਗਿਆ ਹੈ ਯਹਾਂ ਪੇ, ਇਹ ਵੀ ਇਸਮੇ ਮਸਲੇ ਮੇਂ ਹੱਲ ਨਹੀਂ? ਇਸਮੇ ਡਿਸਕਸ਼ਨ ਹੁਆ ਥਾ, ਹਮਨੇ ਇਹ ਬੋਲਾ ਥਾ ਕਿ ਯੈਸ ਕਿ ਹਮ ਆਪਣੀ ਆਪ ਹਮੇ ਇਹ ਭੇਜੀਏ, ਆਪਕੀ ਰਿਕੁਐਸਟ ਕਿਆ ਹੈ ਐਗਜ਼ੈਕਟਲੀ, ਤੋ ਹਮ ਵੋ ਐਗਜ਼ੈਕਟ ਰਿਕੁਐਸਟ ਸਰ DO ਲੈਟਰ ਲਿਖ ਦੇਂਗੇ ਔਰ ਉਸਪੇ जिसे कहते हैं आगे की रिकमेंडेशन मैं NHAI को दोबारा भेज देता हूँ कि आप इसका क्या इंप्रूवमेंट ला सकते हैं। अशबेक सिंह जी, प्रधान ਸਤਰਾਣਾ क्रांतिकारी किसान यूनियन। ਵੀ ਸਾਡਾ ਫੈਸਲਾ ਜਿਹੜਾ 2-3 ਦਿਨ ਤੋਂ ਪਹਿਲਾਂ ਲਟਕਿਆ ਆ ਰਿਹਾ ਸੀ, SDM ਦੇ ਸਾਹਿਬ ਜੀ ਦੇ ਨਾਲ ਸਾਡੀ ਮੀਟਿੰਗ ਚੱਲਦੀ ਰਹੀ ਹੈ, ਉਹ ਸਾਡਾ ਫੈਸਲਾ 850 ਮੀਟਰ ਦਾ ਹੋਇਆ, ਜਿਹਦੇ ਵਿੱਚ 520 ਮੀਟਰ ਜਿਹੜਾ ਸੀ ਉਹ ਸਾਡਾ, ਜਿਹਦੇ 'ਚ 60-70 ਮੀਟਰ ਦਾ ਘੱਟੋ ਘੱਟ ਪੁਲੀਆਂ ਨੇ, ਕੁਝ ਇਹਦੇ 'ਚ 10-10 20
मीटर दियां पुलियां ने दूजियां जिस जिथे भी सानू लोड़ नीवें थां दे विच असीं 5 फुट पाइप वो साडी सहमति इन्हां नाल हो गई लिखाया भी गया भी असीं उत्थे तरा सकने आ पुलियां वी तुहानूं रिटन च दित्ता गया। हां जी रिटन च दित्ता गया। देखो जी पिछले दिनी छतराणे 3 महीनों तों लगातार धरना चल रहा सीगा जो फ्लड एरिए दे विच के रोड जिहड़ा सीगा वो पिलरां ते बनाउण दी बड़ी मंग उठी सीगी जिन्हों के तकरीबन नैशनल हाईवे अथॉरिटी वालों रीडिज़ाइन करके 850 मीटर ओपन करके नवा डिज़ाइन लिया गया जिदे करके अज धरने लिफ्ट कराने वास्ते SDM साहब और विधायक साहब पहुँचे सके तो वह रिटर्न दे विच डिज़ाइन किसान के हाथ में आ चुका है। हाँ जी हाँ जी NHI तो भी SDO साहब आए थे नाल मौके पर। हाँ जी विश्वास गली बत्ती कोई विश्वास नहीं है रिटर्न दे विच डिज़ाइन है जिहड़ा बकायदा ड्राइंग नवी जिहड़ा रीडिज़ाइन होकर आया नवी ड्राइंग सौंपी गई उस तो पहला SDM दफ्तर च मीटिंग हुई सी सारे किसान अते किसान यूनियन दे हाजरी दे विच सारा कुछ चैक करके ही अज धरना उठाउण दा प्रोग्राम बनाया सी। हाँ जी ये बहुत वड्डा फायदा जी जे ये चीज़ां ये नहीं आउंदियां तां तकरीबन इस इलाके का बहुत ही वड्डा नुकसान होना सी पिछले दिन आए फ्लड के कारण ही यह जड़ा मसला हल हो सकया।